संसार का पहला युद्ध 1918 में खत्म हुआ। बहुत बड़ी बात कह रहा हूं मैं कि 1919 में पंजाब के अछूत लोग, मजहबी चमार रविदास के ये लोग वापस आए। उन्होंने सोचा कि हमारी जान बची है, गुरु का धन्यवाद करना चाहिए। वो लोग इकट्ठे होकर दरबार साहब अमृतसर गए, देख लेकर गए, मगर उनको अंदर जाने नहीं दिया गया। उनका अपमान किया गया, उनको गालियां दी गई। वो वापस आए, उन्होंने फैसला किया कि हम लोगों का इकट्ठ बुलाएंगे और उनको बताएंगे। जल्लियांवाले बाग में उनकी मीटिंग रखी गई और उस मीटिंग में जो गोली चली वो जथेदार अरूर सिंह के कहने पर चली। ये आपको किसी को सूचना नहीं इस पर। ਇਹ ਬੜੀ ਬੇਹੂਦਾ, ਸ਼ਰਮਨਾਕ ਅਤੇ ਇਤਿਹਾਸ ਨਾਲ ਕੋਝਾ ਮਜ਼ਾਕ ਕਰਨ ਵਾਲੀ ਗੱਲ ਹੈ। ਸੱਚਾਈ ਇਹ ਹੈ ਕਿ 13 ਤਰੀਕ ਦਾ ਜਲ੍ਹਿਆਂਵਾਲੇ ਬਾਗ ਦਾ ਇਕੱਠ ਕਿਸੇ ਸਾਬਕਾ ਫੌਜੀ ਨੇ ਨਹੀਂ ਬਲਕਿ ਹੰਸਰਾਜ ਨੇ ਬੁਲਾਇਆ ਸੀ। ਇਸ ਦਾ ਫੈਸਲਾ ਹਿੰਦੂ ਸਭਾ ਸਕੂਲ ਢਾਬ ਖਟੀਕਾਂ ਵਿੱਚ 12 ਅਪ੍ਰੈਲ ਨੂੰ ਸ਼ਾਮੀ 4:30 ਵਜੇ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ। ਇਸ ਕਤਲੇਆਮ ਦੀ ਜ਼ਮੀਨ 10 ਅਪ੍ਰੈਲ ਨੂੰ ਅੰਮ੍ਰਿਤਸਰ ਸਾਹਿਬ ਵਿੱਚ ਹੋਏ ਗੋਰੇ ਲੋਕਾਂ ਦੇ ਕਤਲਾਂ, ਨਿਹੱਥੀਆਂ ਔਰਤਾਂ ਤੇ ਹਮਲਿਆਂ, ਲੁੱਟਮਾਰ ਅਤੇ ਸਾੜ ਫੂਕ ਨੇ ਤਿਆਰ ਕੀਤੀ ਸੀ। ਲੁੱਟ ਦਾ ਸਮਾਨ ਬਾਜ਼ਾਰਾਂ ਵਿੱਚ ਲਹਿਰਾਉਣਾ, ਇੱਕ ਬੈਂਕ ਮੈਨੇਜਰ ਦਾ ਫਸਾਦੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰਨਾ ਤੇ ਉਸੇ ਬੈਂਕ ਦੇ ਕਲਰਕ ਦਾ ਚੌਥੇ ਦਿਨ ਜਾ ਕੇ ਜਲ੍ਹਿਆਂਵਾਲਾ ਬਾਗ ਦੇ ਪਾਬੰਦੀਸ਼ੁਦਾ ਇਕੱਠ ਵਿੱਚ ਕਵਿਤਾਵਾਂ ਪੜ੍ਹਨਾ ਸ਼ਰਮਨਾਕ ਸੀ। ਹੰਸਰਾਜ ਨੇ ਭੋਲੇ ਭਾਲੇ ਲੋਕਾਂ ਨੂੰ ਇਕੱਠੇ ਕਰਕੇ ਮਰਵਾਉਣ ਦਾ ਪ੍ਰਬੰਧ ਕੀਤਾ ਸੀ। ਪੁੱਤ ਮੇਰੇ ਭੁੱਲਦੇ ਨਾ ਕਦੇ ਬੈਰ ਨੂੰ, 21 ਸਾਲੀ ਚੱਕ ਲੈਂਦੇ ਉਡਵੈਰ ਨੂੰ। ਅਣਖਾਂ ਤੇ ਬਾਰ ਮੇਰੇ ਲਾਲ ਸਹਿੰਦੇ ਨਾ, ਭਾਜੀਆਂ ਮੋੜਨ ਤੀਕ ਚੁੱਪ ਬਹਿੰਦੇ ਨਾ।